ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਗੱਲ ਕਰਾਂਗੇ ਅਜਿਹੇ ਬਿਜ਼ਨਸ ਆਈਡੀਆ ਦੀ ਜਿਹਨੂੰ ਸ਼ੁਰੂ ਕਰਕੇ ਹਰ ਇੱਕ ਇਨਸਾਨ ਲੱਖਾਂ ਰੁਪਏ ਕਮਾ ਸਕਦਾ ਹੈ। ਜੋ ਲੋਕ ਕੰਮ ਨੂੰ ਛੋਟਾ ਵੱਡਾ ਸਮਝਦੇ ਨੇ ਉਹਨਾਂ ਲਈ ਇਹ ਆਈਡੀਆ ਤਾਂ ਕੀ ਕੋਈ ਵੀ ਆਈਡੀਆ ਕੰਮ ਨਹੀਂ ਕਰੇਗਾ। ਤੇ ਇਹ ਆਈਡੀਆ ਇੱਕ ਛੋਟੇ ਜਿਹੇ ਲੈਵਲ ਤੋਂ ਸ਼ੁਰੂ ਕਰਕੇ ਲੱਖਾਂ ਰੁਪਏ ਤੱਕ ਪਹੁੰਚਾਇਆ ਜਾ ਸਕਦਾ ਹੈ, ਬਲਕਿ ਕਰੋੜਾਂ ਰੁਪਇਆ ਵੀ ਕਮਾ ਕੇ ਦੇ ਸਕਦਾ ਹੈ। ਸੋ ਇੱਕ ਵਾਰੀ ਦਿਮਾਗ ਲਗਾ ਕੇ ਸੋਚਿਆ ਜਾਵੇ ਤਾਂ ਹਰ ਮਹੀਨੇ ਲੱਖਾਂ ਮੋਬਾਈਲ ਸਵਾਰੇ ਜਾ ਰਹੇ ਨੇ, ਤੇ ਕੁਝ ਕੰਪਨੀ ਵਿੱਚ ਸਵਾਰੇ ਜਾ ਰਹੇ ਨੇ ਤੇ ਕੁਝ ਬਾਹਰ ਠੀਕ ਕੀਤੇ ਜਾਂਦੇ ਨੇ, ਤੇ ਇਹਨਾਂ ਦੀ ਡਿਮਾਂਡ ਕਦੇ ਵੀ ਘੱਟ ਨਹੀਂ ਹੋ ਸਕਦੀ, ਬਲਕਿ ਮੋਬਾਈਲਾਂ ਦੀ ਡਿਮਾਂਡ ਹਰ ਇੱਕ ਦਿਨ ਵੱਧਦੀ ਜਾ ਰਹੀ ਹੈ ਤੇ ਹਰ ਇੱਕ ਦਿਨ ਨਵਾਂ ਮਾਡਲ ਆ ਰਿਹਾ ਹੈ। ਪਰ ਇਹ ਕੰਮ ਕਰਨ ਤੋਂ ਪਹਿਲਾਂ ਸਾਨੂੰ ਆਪਣੀ ਈਗੋ ਸੈੱਟ ਕਰਨੀ ਪਵੇਗੀ, ਕਿਉਂਕਿ ਅਸੀਂ ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸੋਚਦੇ ਹਾਂ ਕਿ ਅਸੀਂ ਇਹ ਕੰਮ ਕਰਾਂਗੇ, ਤੇ ਤੁਸੀਂ ਹੁਣ ਵੀ ਸੋਚ ਰਹੇ ਹੋਵੋਗੇ ਕਿ ਅਸੀਂ ਮੋਬਾਈਲ ਠੀਕ ਕਰਾਂਗੇ। ਪਰ ਮੋਬਾਈਲ ਰਿਪੇਅਰਿੰਗ ਦਾ ਬਿਜ਼ਨਸ ਬਹੁਤ ਵੱਡਾ ਹੈ, ਇਸ ਕਰਕੇ ਹੀ ਅਸੀਂ ਇਸ 'ਤੇ ਵੀਡੀਓ ਬਣਾ ਰਹੇ ਹਾਂ। ਸੋ ਇਹ ਬਿਜ਼ਨਸ ਵਿੱਚ ਐਂਟਰ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਛੋਟਾ ਜਿਹਾ 5 ਤੋਂ 6 ਮਹੀਨੇ ਦਾ ਮੋਬਾਈਲ ਰਿਪੇਅਰਿੰਗ ਦਾ ਕੋਰਸ ਕਰਨਾ ਪਵੇਗਾ। ਤੇ ਹੋ ਸਕਦਾ ਬਹੁਤ ਲੋਕਾਂ ਨੇ ਇਹ ਕੋਰਸ ਕੀਤਾ ਵੀ ਹੋਵੇ, ਪਰ ਇਸ ਤੋਂ ਬਾਅਦ ਬਿਜ਼ਨਸ ਆਈਡੀਆ ਦੀ ਸ਼ੁਰੂਆਤ ਹੁੰਦੀ ਆ ਕਿ ਲੋਕ ਸਾਡੇ ਕੋਲ ਹੀ ਕਿਉਂ ਆਉਣ ਤੇ ਕਿਵੇਂ ਆਉਣਗੇ। ਸੋ ਲੋਕਾਂ ਨੂੰ ਆਪਣੇ ਕੋਲ ਲਿਆਉਣ ਲਈ ਤੁਸੀਂ ਇੱਕ ਨਿੱਕੀ ਜਿਹੀ ਐਗਜ਼ਾਮਪਲ ਤੋਂ ਸਮਝ ਸਕਦੇ ਹੋ। ਜਦੋਂ ਸਾਡਾ ਕੋਈ ਮੋਬਾਈਲ ਖਰਾਬ ਹੁੰਦਾ ਤਾਂ ਅਸੀਂ ਇੱਕ ਨਹੀਂ 3-4 ਦੁਕਾਨਾਂ ਦੇ ਵਿੱਚ ਜਾ ਕੇ ਮੋਬਾਈਲ ਨੂੰ ਚੈੱਕ ਕਰਾਉਂਦੇ ਹਾਂ, ਤੇ ਅਸੀਂ ਉਸ ਬੰਦੇ ਨੂੰ ਆਪਣਾ ਮੋਬਾਈਲ ਠੀਕ ਕਰਨ ਲਈ ਦਿੰਦੇ ਹਾਂ ਜੋ ਸਾਨੂੰ ਸਭ ਤੋਂ ਘੱਟ ਰੇਟ ਤੇ ਵਧੀਆ ਸਰਵਿਸ ਦਿੰਦਾ ਹੈ। ਲੋਕਾਂ ਦੀ ਅਟਰੈਕਸ਼ਨ ਤੁਹਾਡੇ ਵੱਲ ਜ਼ਿਆਦਾ ਵਧਣੀ ਚਾਹੀਦੀ ਹੈ, ਤੇ ਉਹ ਕਿਵੇਂ ਵੱਧ ਸਕਦੀ ਹੈ? ਤੁਸੀਂ ਕੁਝ ਅਲੱਗ ਚੀਜ਼ ਦਿਖਾਓ। ਤੁਸੀਂ ਆਪਣੀ ਦੁਕਾਨ ਦੇ ਅੱਗੇ ਲਿਖ ਕੇ ਲਗਾ ਸਕਦੇ ਹੋ ਕਿ ਇਹ ਇੰਡੀਆ ਦੀ ਪਹਿਲੀ ਸ਼ੌਪ ਆ ਜੋ ਤੁਹਾਡੇ ਮੋਬਾਈਲ ਦਾ ਕੰਮ ਤੁਹਾਡੇ ਸਾਹਮਣੇ ਕਰਕੇ ਦੇਵੇਗੀ, ਤੇ ਜੋ ਮੋਬਾਈਲ ਦੇ ਵਿੱਚ ਸਮਾਨ ਪਵੇਗਾ ਉਹ ਤੁਹਾਨੂੰ ਹੋਲਸੇਲ ਰੇਟ ਤੇ ਪਵੇਗਾ, ਤੇ ਸਾਡੀ ਫੀਸ ਰਹੇਗੀ ਟਾਈਮ ਦੇ ਹਿਸਾਬ ਨਾਲ। ਜਿੰਨਾ ਟਾਈਮ ਲੱਗੇਗਾ ਉਹਦੇ ਹਿਸਾਬ ਨਾਲ ਤੁਹਾਨੂੰ ਪੈਸੇ ਦੇਣੇ ਪੈਣਗੇ। 15 ਮਿੰਟ ਲੱਗੇ 200 ਰੁਪਈਏ ਦੇਣੇ ਆ, ਅੱਧਾ ਘੰਟਾ ਲੱਗਿਆ ਤਾਂ 400 ਰੁਪਈਆ, ਤੇ 1 ਘੰਟਾ ਲੱਗਿਆ ਤਾਂ 800 ਰੁਪਈਏ ਦੇਣੇ ਪੈਣਗੇ। ਤੇ ਇਹਦੇ ਨਾਲ ਕੀ ਹੋਵੇਗਾ, ਕਸਟਮਰ ਦਾ ਟਾਈਮ ਬਚੇਗਾ, ਕਿਉਂਕਿ ਅੱਜ ਕੱਲ੍ਹ ਹਰ ਇੱਕ ਦੁਕਾਨ 'ਤੇ ਜਦੋਂ ਵੀ ਅਸੀਂ ਜਾਂਦੇ ਹਾਂ ਤਾਂ ਉਹ ਸਿਰਫ ਘੰਟਾ ਨਹੀਂ 2 ਘੰਟੇ ਨਹੀਂ ਸ਼ਾਮ ਤੱਕ ਦਾ ਟਾਈਮ ਵੀ ਦੇ ਦਿੰਦੇ ਨੇ। ਤੇ ਜ਼ਿਆਦਾਤਰ ਮੋਬਾਈਲ ਦਾ ਕੰਮ 15 ਮਿੰਟ ਦੇ ਵਿੱਚ ਹੋ ਜਾਂਦਾ ਹੈ, ਤੇ ਜੇਕਰ ਜ਼ਿਆਦਾ ਸੀਰੀਅਸ ਕੰਮ ਹੋਵੇ ਤਾਂ ਵੀ ਮੋਬਾਈਲ 'ਤੇ ਘੰਟਾ ਨਹੀਂ ਲੱਗਦਾ। ਤੇ ਇਹ ਦੇਖ ਕੇ ਕਸਟਮਰ ਤੁਹਾਡੇ ਕੋਲ ਹੀ ਆਉਣਾ ਪਸੰਦ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਕੰਮ ਸਿਰਫ 5 ਜਾਂ 10 ਮਿੰਟ ਦੇ ਵਿੱਚ ਹੋ ਜਾਵੇਗਾ ਤੇ ਸਾਨੂੰ 200 ਰੁਪਈਆ ਦੇਣਾ ਪਵੇਗਾ। ਤੇ ਸਪੇਅਰ ਪਾਰਟ ਤੁਸੀਂ ਉਹਨਾਂ ਦੇ ਸਾਹਮਣੇ ਪਾਉਣਾ, ਤੇ ਉਹ ਕਿੰਨੇ ਦਾ ਉਹ ਤੁਸੀਂ ਦੱਸ ਦੇਣਾ, ਕਿਉਂਕਿ ਉਹਦੇ ਤੁਸੀਂ ਕੋਈ ਵੀ ਮਾਰਜਨ ਨਹੀਂ ਲੈਣਾ, ਤੁਸੀਂ ਆਪਣੇ ਪੈਸੇ ਟਾਈਮ ਦੇ ਹਿਸਾਬ ਨਾਲ ਲੈ ਰਹੇ ਹੋ। ਤੇ ਜੇਕਰ ਅਸੀਂ ਦੇਖੀਏ ਘੁਮਾ ਫਰਾ ਕੇ ਗੱਲ ਉੱਥੇ ਹੀ ਆ ਜਾਂਦੀ ਆ ਕਿ ਅਸੀਂ ਟਾਈਮ ਦੇ ਹਿਸਾਬ ਨਾਲ ਆਪਣੀ ਸਰਵਿਸ ਦੇ ਰਹੇ ਹਾਂ, ਇਹ ਸਿਰਫ ਲੋਕਾਂ ਦੀ ਅਟਰੈਕਸ਼ਨ ਵਧਾਉਣ ਵਾਲੀ ਗੱਲ ਆ, ਜਿਸ ਨਾਲ ਲੋਕਾਂ ਦੇ ਦਿਮਾਗ ਦੇ ਵਿੱਚ ਤੁਹਾਡੀ ਸ਼ੌਪ ਲਈ ਇੱਕ ਜਗ੍ਹਾ ਬਣ ਜਾਂਦੀ ਹੈ, ਕਿਉਂਕਿ ਅਸੀਂ ਦੂਜਿਆਂ ਨਾਲੋਂ ਕੁਝ ਅਲੱਗ ਕਰ ਰਹੇ ਹਾਂ। ਸੋ ਜੇਕਰ ਤੁਸੀਂ 1 ਕਸਟਮਰ ਤੋਂ ਵੀ ਘੱਟ ਤੋਂ ਘੱਟ 200 ਰੁਪਈਆ ਲੈਂਦੇ ਹੋ ਤੇ ਦਿਨ ਵਿੱਚ ਤੁਹਾਡੇ ਕੋਲ 10 ਕਸਟਮਰ ਆਉਂਦੇ ਨੇ ਤੇ ਦਿਨ ਦੇ ਬਣ ਗਏ ਨੇ ਤੁਹਾਡੇ ਕੋਲ 2000 ਰੁਪਈਏ ਤੇ ਮਹੀਨੇ ਦੇ ਹੋ ਗਏ ਤੁਹਾਡੇ ਕੋਲ 60,000, ਤੇ ਉਹਦੇ ਵਿੱਚੋਂ ਜੇਕਰ ਤੁਸੀਂ 20,000 ਰੁਪਈਆ ਖਰਚਾ ਵੀ ਕੱਢ ਦਿੰਦੇ ਹੋ ਤਾਂ ਵੀ ਤੁਹਾਡੇ ਕੋਲ 40,000 ਰੁਪਈਆ ਬੱਚਤ ਦੇ ਵਿੱਚ ਬਣ ਜਾਂਦਾ ਹੈ। ਤੇ ਹੋ ਸਕਦਾ ਤੁਹਾਡੇ ਕੋਲ 200 ਰੁਪਏ ਵਾਲੇ ਨਹੀਂ 400 ਤੇ 800 ਵਾਲੇ ਵੀ ਗਾਹਕ ਆਉਣਗੇ, ਤੇ ਫਿਰ ਇਹ ਮੁਨਾਫਾ ਵੱਧ ਵੀ ਸਕਦਾ ਹੈ। ਤੇ ਇਹ ਇੱਕ ਲਿਮਿਟਡ ਬਿਜ਼ਨਸ ਨਹੀਂ ਹੈ ਕਿ ਤੁਹਾਡੀ ਇਨਕਮ ਸਿਰਫ 20,000 ਜਾਂ 40,000 ਹੀ ਬਣੇਗੀ, ਤੇ 4-5 ਮਹੀਨੇ ਕੰਮ ਕਰਨ ਤੋਂ ਬਾਅਦ ਤੁਹਾਡਾ ਇੱਕ ਲੈਵਲ ਬਣ ਚੁੱਕਿਆ ਹੋਵੇਗਾ ਤੇ ਤੁਹਾਡੀ ਇੱਕ ਪਹਿਚਾਣ ਬਣ ਚੁੱਕੀ ਹੋਵੇਗੀ ਤੇ ਤੁਸੀਂ ਹਰ ਮਹੀਨੇ 50,000 ਰੁਪਈਆ ਕਮਾ ਰਹੇ ਹੋਵੋਗੇ, ਤੇ ਫਿਰ ਤੁਸੀਂ ਆਪਣੀ ਇਨਕਮ 1,00,000 ਰੁਪਈਆ ਲੈ ਕੇ ਜਾਣੀ ਹੈ। ਜੇ 1,00,000 ਹੋ ਰਹੀ ਹੈ ਤਾਂ 2,00,000 ਲੈ ਕੇ ਜਾਣੀ ਹੈ, ਤੇ ਉਹ ਕਿਵੇਂ ਲੈ ਕੇ ਜਾਣੀ ਹੈ? ਪਹਿਲਾਂ ਤਾਂ ਤੁਸੀਂ ਆਪ ਕੰਮ ਕੀਤਾ 6 ਮਹੀਨੇ ਟ੍ਰੇਨਿੰਗ ਕਰਕੇ, ਉਸ ਤੋਂ ਬਾਅਦ ਤੁਸੀਂ ਇੱਕ ਟੀਮ ਬਣਾਉਣੀ ਆ। ਸਭ ਤੋਂ ਪਹਿਲਾਂ ਤੁਸੀਂ 1 ਬੰਦਾ ਰੱਖਣਾ ਤੇ ਹੌਲੀ ਹੌਲੀ ਕਰਕੇ ਫਿਰ 2, ਫਿਰ 3, ਫਿਰ 4, ਤੇ ਉਸ ਤੋਂ ਬਾਅਦ ਤੁਸੀਂ ਆਪਣੀ ਸ਼ੌਪ ਉਹਨਾਂ ਦੇ ਸਿਰ ਤੇ ਛੱਡ ਦੇਣੀ ਆ, ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਸ਼ੌਪ ਮੈਨੂੰ ਮਹੀਨੇ ਦਾ ਇੰਨਾ ਬਣਾ ਕੇ ਦੇਵੇਗੀ ਹੀ ਦੇਵੇਗੀ, ਕਿਉਂਕਿ ਤੁਸੀਂ ਉਹ ਕੰਮ ਕਰ ਚੁੱਕੇ ਹੋਵੋਗੇ। ਤੇ ਉੱਥੇ ਕੁਝ CCTV ਕੈਮਰਾ ਲਗਾ ਕੇ ਉਹ ਦੁਕਾਨ ਉਹਨਾਂ ਦੇ ਸਿਰ ਤੇ ਛੱਡ ਕੇ ਤੁਸੀਂ ਆਪਣੀ ਇੱਕ ਦੁਕਾਨ ਹੋਰ ਖੋਲ ਸਕਦੇ ਹੋ, ਤੇ ਉਹਨੂੰ ਵੀ 4-5 ਮਹੀਨੇ ਚਲਾਉਣ ਤੋਂ ਬਾਅਦ
ਦੋ ਬੰਦੇ ਉੱਥੇ ਰੱਖ ਕੇ ਅਗਲੀ ਦੁਕਾਨ ਸ਼ੁਰੂ ਕਰ ਸਕਦੇ ਹੋ ਤੇ ਇਸ ਤਰ੍ਹਾਂ ਹੀ ਤੁਹਾਡਾ ਹਰ ਇੱਕ ਸ਼ਹਿਰ ਦੇ ਵਿੱਚ ਬਿਜ਼ਨਸ ਵੱਧਦਾ ਜਾਵੇਗਾ ਤੇ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਹਰ ਸਾਲ 50 ਲੱਖ ਤੋਂ ਕਰੋੜ ਰੁਪਈਆ ਕਿਵੇਂ ਕਮਾ ਰਹੇ ਹੋਵੋਗੇ ਤੇ ਉਸ ਤੋਂ ਬਾਅਦ ਤੁਹਾਡਾ ਸਿਰਫ ਟਾਈਮ ਬੱਚਤ ਦੇ ਵਿੱਚ ਹੋਵੇਗਾ ਤੇ ਤੁਹਾਡਾ ਕੰਮ ਸਿਰਫ ਆਪਣੀ ਸ਼ੌਪਸ ਤੇ ਜਾ ਕੇ ਕਸਟਮਰ ਦੇ ਰਿਵਿਊਜ਼ ਲੈਣਾ ਹੋਵੇਗਾ ਕਿ ਤੁਹਾਨੂੰ ਕਿਵੇਂ ਦੀ ਸਰਵਿਸ ਮਿਲ ਰਹੀ ਹੈ। ਸੋ ਇਹ ਇੱਕ ਅਜਿਹਾ ਬਿਜ਼ਨਸ ਹੈ ਜਿਸ ਨੂੰ ਅਸੀਂ ਸਭ ਤੋਂ ਘੱਟ ਸਮੇਂ ਵਿੱਚ ਸਿੱਖ ਕੇ ਛੋਟੀ ਜਿਹੀ ਪੂੰਜੀ ਨਾਲ ਸਟਾਰਟ ਕਰ ਸਕਦੇ ਹਾਂ ਤੇ ਲੱਖਾਂ ਤੇ ਕਰੋੜਾਂ ਤੱਕ ਪਹੁੰਚਣ ਲਈ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ। ਪਰ ਕਰੋੜਾਂ ਤੱਕ ਪਹੁੰਚਣ ਲਈ ਸਭ ਤੋਂ ਪਹਿਲਾਂ ਸਾਨੂੰ ਸੋਚ ਬਦਲਣੀ ਪਵੇਗੀ, ਕਿਉਂਕਿ ਜਦੋਂ ਤੱਕ ਅਸੀਂ ਇਹ ਸੋਚਦੇ ਰਹਾਂਗੇ ਕਿ ਇਹ ਕੰਮ ਛੋਟਾ ਤੇ ਇਹ ਕੰਮ ਵੱਡਾ ਹੈ, ਉਦੋਂ ਤੱਕ ਅਸੀਂ ਲੱਖਾਂ ਦੇ ਵਿੱਚ ਤਾਂ ਕੀ ਹਜ਼ਾਰਾਂ ਦੇ ਵਿੱਚ ਵੀ ਨਹੀਂ ਕਮਾ ਸਕਦੇ। ਸੋ ਜੇਕਰ ਤੁਹਾਨੂੰ ਇਹ ਬਿਜ਼ਨਸ ਆਈਡੀਆ ਵਧੀਆ ਲੱਗਿਆ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਕਿਉਂਕਿ ਇਹ ਇਨਫੋਰਮੇਸ਼ਨ ਹੋਰ ਦੋਸਤਾਂ ਤੱਕ ਵੀ ਪਹੁੰਚ ਸਕੇ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦੱਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।